सारिआं नूं हथ जोड़ के प्यार भरी सति श्री अकाल। ते अज बई कई काम करे आ, खेतां च भी गए आ, बाजरे नूं पाणी भी लाया, ते जग्गे बई ने खेत भी वाह छड्डिआ अज। कणक तों बाद मतलब पहली बार वाहिआ ई, भुब्बले भुब्बल उड़ी पई ती। होर भी काम करे कई, ते हुण करदे आपां वीडियो शुरू। तुसीं सारा कुछ वीडियो दे विच ही देखिओ की करिआ अज ते की करना है। अज आए बाजरे नूं पाणी लाण, अद्धा क्यारा भरता ते अद्धा क रह गया। कई दिन हो गए मीह नूं देखी जा रहे, ते पौंगा पौंगा मीह पै नहीं रहा, लारे जे लाई जा रहा है, बदल चढ़ के ऐंदा पैंदा है नहीं, ते फिर हार के लाउणा ही पिया। साजरे साजरे मैं कहा भी भरे जाइए, अद्धा क भरता ते समझ लो 30% रह गया। बाजरा भर के फिर होर काम करदे आ। मॉर्निंग टाइम है जी, सवेरे सवेरे देख लो जिहड़े बाजरे वाला काम है। लो जी अपने खेतों तो बाद में जगे को आए, इधर आ खड़ा जी अपना मोटरसाइकिल, ये जग्गा लगे वा खेत वाहन। उधर कणक तो बाद में पहली बार खेत वाह रहे, वह भी तविया नाल, क्योंकि धरती भी बहुत सुकी पई है, भुब्बल उड़ती देख लो तुसी। तविया एन बढ़ देंदी भाई, जो माड़ा मोटा डक्का बिच रह जाता ना, हाँ देख लो पराली वाला, तवियां बढ़दियां फिर गर्दा खा लिया पे लगे ने। बाकी भाई ने पूछ रहे है कि किन्ने क्वांटल दियां तवियां तेरियां भाई। बूटे देखो भाई किहड़े हिसाब नाल खड़े, साडे वाली साइड जिद्दां नूं निगाह मारदे बूटे बूटे है, पाए घुमाई जांदा भाई। खुंज ਐਡਾ ਰਹਿ ਗਈਆਂ ਥੋੜ੍ਹੀ ਥੋੜ੍ਹੀਆਂ, ਕਿਉਂਕਿ ਜਿਹੜਾ ਖੇਤ ਹੈ ਨਾ ਇਹ ਪੂਰਾ ਚੌਰਸ ਨਹੀਂ ਹੈਗਾ, ਤਰਕਾਉਣਾ ਜਾਏ। ਅੱਜ ਅੱਗੇ ਨਹੀਂ ਮੱਕੀ ਬਾਈ, ਇੱਧਰ ਇਹ ਵੀ ਰਾਤ ਬਰਾਤ ਭਰੀ ਵੱਢ ਕੇ ਲੈ ਕੇ ਜਾਈ ਕਰਨੀ ਇੱਥੇ ਤੇ। ਤਵੀਆਂ ਧਰਤੀ ਪਾੜਦੀਆਂ ਆਉਂਦੀਆਂ ਬਾਈ ਦੇਖ ਲਓ। ਭਾਰੀਆਂ ਬਣਾਈਆਂ ਤੇਰੇ ਨੇ ਭਰਾ ਨੇ, ਲਓ ਬਾਈ ਹੁਣ ਜੱਗਾ ਖੜ ਗਿਆ ਇੱਧਰ, ਤੇ ਪਹਿਲਾਂ ਤਾਂ ਮਿਲੋ ਇੱਧਰ ਬਾਈ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਆ ਜਾਓ ਬਾਈ, ਆ ਜਾ ਲੈਕ ਨਾ ਲਾਈ ਬਾਈ, ਡਰ ਲੱਗਦਾ ਕਿਤੇ ਬੇਸ ਥੱਲੇ ਗਿਰ ਦੋ। ਚੱਲਦਾ? ਹਾਂ ਚੱਲਦਾ ਚੱਲਦਾ ਹੈ, ਰਕਾਇਆ ਤਾਂ ਬਾਈ ਕਿਉਂਕਿ ਕਾਪੀਰਾਈਟ ਆਇਆ ਤਾਂ ਤੁਹਾਨੂੰ ਪਤਾ ਹੀ ਹੈ। ਫਿਰ ਪਹਿਲੀ ਵਾਰ जे छोटा इंटर 475 मगर पा लवे सारे किन्ने खोल के ना, फिर नहीं चल रहा पूरी रात मक्की है। घटो घट 1000 घंटा चलाता ਕੜਨ ਦੇ ਰੇਗਰੋ ਮਣ ਮੜ ਸਾਥ ਨੂੰ ਲੈ ਲੈ ਕਰੋ ਕਿ ਨਹੀਂ ਕੜਦਾ ਹੀ ਆ ਇਹ 4 ਦਿਨ ਆ 4 ਦਿਨ ਸਹੀ ਗੱਲ ਸਹੀ ਗੱਲ ਤੇ ਬਾਈ ਖੇਤ ਤੇ ਦਿਨਾਂ ਪਾਉਂਦੇ ਆ ਗਿੱਲੇ ਖੇਤ ਛੋਟੇ ਨਾ ਪਾਉਂਦੇ ਆ ਕੱਦੂ ਕੱਦੂ ਦੇ ਨਾ ਕਰੀਦਾ ਲਵੇੜਿਆ ਨਹੀਂ ਜਿੱਦਾਂ ਦਾ ਲਿਆਂਦਾ ਕੱਦੂ ਚ ਜੇ ਕਿ ਥੋੜਾ ਜਿਹਾ ਮੀਂਹ ਪੈ ਜਾਵੇ ਨਾ ਬਾਉਣ ਦਾ ਸਵਾਦ ਹੈ
ਹੁਣ ਤਾਂ ਮਿੱਟੀ ਦੇਖ ਲਓ ਬਾਈ ਟਰੈਕਟਰ ਪਾ ਕਿਹੜੇ ਹਿਸਾਬ ਨਾਲ ਉੱਡਦੀ ਹੈ ਜਿਹੜਾ ਉੱਪਰ ਬੰਦਾ ਬਹਿ ਗਿਆ ਘੰਟੇ ਕੁ ਵਾਰ ਪਤਾ ਨਹੀਂ ਲੱਗਣਾ ਵੀ ਇੰਡੀਆ ਤੇ ਆਇਆ ਜਾਂ ਕਿਤੇ ਹੋਰ ਪਾਸੇ ਰਿਹਾ ਮਿੱਟੀ ਧੱਕਣੇ ਪੈਂਦੀ ਹੈ ਜੀ ਬਾਉਣੇ ਤਾਂ ਹੁਣ ਬਾ ਕੇ ਐਵੇਂ ਚੱਲ ਬੰਦਾ ਹੋਰ ਕੰਮ ਕਰੀ ਜਾਂਦਾ ਵਿਹਲੇ ਹੋ ਜਾਂਦੇ ਪਨੀਰੀ ਬੀਜਣੀ ਹੈ ਫਿਰ ਪਨੀਰੀ ਦੀ ਤਿਆਰੀ ਹੈ ਜੀ ਖੇਤ ਤਿਆਰ ਕਰਦੇ ਹਾਂ ਠੀਕ ਹੈ ਬਾਈ ਬੀਜ ਦੇਣੀ ਇੱਕ ਦੋ ਦਿਨ ਚ ਇਹ ਕਿ ਬੂਟੇ ਬਾਟੇ ਨਾਮ ਤੁਸੀਂ ਬੂਟੇ ਨਹੀਂ ਨਾਮ ਕਦੇ ਬੂਟੇ ਘਰ ਦੀ ਜ਼ਮੀਨ ਚ ਲੱਗਦੇ ਆ ਠੇਕੇ ਬਣੇ ਤੇ ਪੱਤੇ ਜਰਾ ਕਰਦੇ ਬਾਈ ਪੱਤੇ ਕਣਕ ਵੀ ਨਹੀਂ ਘਟੇ ਉਹ ਕੁੱਡਾ ਬੰਦਾ ਬਣਾਇਆ ਜੱਗੇ ਕਿਨੇ ਬਣਾਇਆ ਮੱਕੀ ਨੂੰ ਕੌਂ ਪੜਦੇ ਤੇ ਤਾਂ ਬਣਾਇਆ ਵਾ ਤੈਂ ਬਣਾਇਆ ਜੱਗਾ ਇਹ ਡੈਮੋ ਕਰਦਾ ਰਹਿੰਦਾ ਬੰਦਾ ਬਣਾ ਲਿਆ ਕੁਛ ਬਣਾ ਲਿਆ ਚੱਲ ਚੱਲ ਮਾਰ ਫਿਰ ਆਉਣਦੇ ਫਿਰ ਸ਼ੋਰ ਲਗਾਈ ਇੱਕ ਟਰੈਕਟਰ ਮਾ ਕਿੰਨਾ ਕਿ ਜ਼ੋਰ ਅੱਜ ਲੈ ਰਹੇ ਫਿਰ ਜ਼ੋਰ ਤਾਂ ਲਾਉਣੇ ਨਹੀਂ ਜਿਹੜੇ ਉਹ ਤਾਂ ਨਾਰਮਲ ਚੱਲਦਾ ਤੁਹਾਨੂੰ ਹਾਈ ਚਾਹ ਆਰਾਮ ਨਾਲ ਚੱਲਦਾ ਲੱਗਾ ਡੈਮੋ ਕਰ ਤੂੰ ਭੱਜਿਆ ਫਿਰਦਾ ਬਾਈ ਖੇਤਾਂ 'ਚ ਦੇਖ ਲਓ ਤੁਸੀਂ ਟਰੈਕਟਰ ਸਿੰਗਲ ਪਾਰਟ ਪਹਿਲਾਂ ਪਾਤੀ ਤੀ ਹੁਣ ਦੂਜੀ ਸਾਈਡ ਨੂੰ ਚੱਲ ਪਿਆ ਜੱਗਾ ਦੂਰ ਕਰ ਦੇਣਾ ਕਹਿੰਦਾ ਦੂਰ ਕਰਕੇ ਹੀ ਫਾਇਦਾ ਵੀ ਇੱਕ ਵਾਰੇ ਬਾਹ ਹੁੰਦਾ ਹੈ ਫਿਰ ਇੱਕਣੀ ਛੱਡ ਦੇਣੇ ਜਦ ਤੱਕ ਧਾਨ ਹੈ ਜਿੰਨੀ ਕੁ ਮੈਨੇ ਬਾਜਰਾ ਮੱਕੀ ਬੀਜਣੀ ਉਹ ਤਾਂ ਬਾਈ ਬੀਜਿਆ ਪੈਂਦੇ ਉਹ ਪਰਲੀ ਸਾਈਡ ਅਤੇ ਬਾਈ ਇੰਨੀ ਕੁ ਗਰਮੀ ਪੈ ਰਹੀ ਹੈ ਨਾ ਦੋ ਟਾਈਮ ਬੂਟਿਆਂ ਨੂੰ ਪਾਣੀ ਪਾਉਂਦੇ ਸਵੇਰੇ ਸ਼ਾਮ ਨੂੰ ਪੂਰੇ ਸੁੱਕ ਜਾਂਦੇ ਐਂ ਦੇਖ ਲਓ ਇੱਧਰ ਮੱਝਾਂ ਖੜੀਆਂ ਆਪਣੀਆਂ ਉੱਧਰ ਪਰਮਵੀਰ ਫੋਨ ਮੰਗਦਾ ਕਹਿੰਦਾ ਫੋਨ ਦੇ ਇੱਕ ਦੂਆ ਫੋਨ ਘਰ ਪਿਆ ਹੁੰਦਾ ਲੱਭਣ ਲੱਗਿਆ ਪਿਆ ਕਿੱਥੇ ਫੋਨ ਮੇਰੇ ਕੋਲ ਹੀ ਹੈਗਾ ਜੇਬ ਮਾ ਨਹੀਂ ਹੈਗਾ ਕਿੱਥੇ ਆ ਕੇ ਲੈਣਾ ਹੈ ਨਹੀਂ ਮੇਰੇ ਕੋਲ ਫੋਨ ਮੰਗਦਾ ਦੇਖ ਲਓ ਇਹ ਬਾਈ ਬਹੁਤ ਗਰਮੀ ਪੈਂਦੀ ਹੈ ਜਿੰਨਾ ਪਾਣੀ ਪਾਉਂਦੇ ਜਰੇ ਸੁੱਕ ਜਾਂਦਾ ਪਤਾ ਪਤੀਨਾ ਹੈ ਪਤੀਨਾ ਦੇਖ ਲਓ ਬਾਈ ਪਤੀਨਾ ਲਾਇਆ ਇੱਧਰ ਨਿੰਮੇ ਨਾਲ ਦੇ ਘਰ ਆ ਗਿਆ ਬਾਂਦਰ ਉਹ ਬੈਠਾ ਕੋਠੇ ਪਰ ਉਹ ਬੈਠਾ ਜੰਗਲੇ ਪਰ ਓਏ ਲਓ ਜੀ ਘੁੰਮਦੇ ਘੁਮਾਉਂਦੇ ਹੁਣ ਪਹੁੰਚ ਗਏ ਪਿੰਡ ਵਾਲੀ ਮੋਟਰ 'ਤੇ ਅਤੇ ਜਿੱਥੇ ਬੀਜਣੀ ਆਪਾਂ ਨੇ ਪਨੀਰੀ ਧਾਨਾਂ ਦੀ ਅਤੇ ਇੱਧਰਲੀ ਸਾਈਡ ਖੇਤ ਵਾਹ ਕੇ ਛੱਡਿਆ ਪਿਆ ਏ ਰੂਟਾਵੀਟਰ ਗਿੱਲ ਅਤੇ ਕੱਲ੍ਹ ਨੂੰ ਦੇਖਦੇ ਇੱਥੇ ਵੱਟਾ ਪਾਉਂਦੇ ਹੈ ਅਤੇ ਫਿਰ ਪਨੀਰੀ ਬੀਜਦੇ ਹੈ ਪੀਰੀ ਪਨੀਰੀ ਹਲੇ ਭਿਉਣੀ ਵੀ ਹੈ ਅਤੇ ਰਾਜੂ ਬਾਈ ਨੇ ਤਾਂ ਉੱਧਰ ਭਿਉ ਵੀ ਦਿੱਤੀ ਉਹ ਸਾਹਮਣੇ ਹੈ ਅਬਰਸੀਨ ਵਾਲੇ ਕਿਆਰੇ ਦੇ ਵਿੱਚ ਰਾਜੂ ਬਾਈ ਦਾ ਅਤੇ ਰਾਜੂ ਬਾਈ ਨੇ ਤਾਂ ਵੱਟਾਂ ਪਾ ਕੇ ਤਿਆਰ ਕਰਕੇ ਛੱਡਿਆ ਪਿਆ ਖੇਤ ਥੋੜ੍ਹੇ ਟਾਈਮ 'ਚ ਵਿਹਲਾ ਕਰਕੇ ਬੀਜ ਦੇਣੀ ਸਭ ਤੋਂ ਬਿਨਾਂ ਬਾਈ ਰਾਜਾ ਬਾਈ ਉਹ ਬੀਜਦਾ ਏ ਕਿਉਂਕਿ ਬਾਈ ਨੂੰ ਥੋੜ੍ਹੀ ਜਿਹੀ ਕਾਹਲੀ ਹੁੰਦੀ ਹੈ ਵੀ ਕਦ ਬੀਜੀਏ ਖੇਤ ਵਿਹਲਾ ਨਹੀਂ ਦੇਖਣਾ ਚਾਹੁੰਦਾ ਅਤੇ ਉਹ ਸਾਹਮਣੇ ਬਾਈ ਹੈਗੀ ਹੈ ਨੇਤਰ ਬਾਈ ਵਾਲੀ ਕੋਠੀ ਤੁਹਾਨੂੰ ਉਹ ਵੀ ਦਿਖਾ ਦੂੰਗਾ ਬੈਕ ਕੈਮਰੇ ਦਾ ਉਹ ਵੀ ਤਕਰੀਬਨ 20% ਕੰਮ ਰਹਿ ਗਿਆ 80% ਕੰਮ ਉਹਦਾ ਨਿਬੜੇ ਗਿਆ ਅਤੇ ਫਲ ਦੇਖੋ ਬਾਈ ਅਨਾਰ ਥੋੜ੍ਹੇ ਥੋੜ੍ਹੇ ਦਿਖ ਰਹੇ ਹੈ ਲੱਗ ਗਏ ਅਮਰੂਦ ਵੀ ਬਾਈ ਥੋੜ੍ਹੇ ਥੋੜ੍ਹੇ ਲੱਗੇ ਗਏ ਅਮਰੂਦ ਵੀ ਸਾਨੂੰ ਦਿਖਾਈ ਦਿੰਦਾ ਆਹ ਸਾਈਡ ਨੂੰ ਆਹ ਦੇਖੋ ਠੀਕ ਹੈ ਇਹ ਛੋਟੇ ਹਾਲੇ ਉਹਦੇ ਬਾਅਦ ਮਾਂ ਅਨਾਰ ਅਮਰੂਦ ਜਾਮਣ ਵੀ ਦੇਖੋ ਜਾਮਣਾਂ ਵੀ ਬਾਈ ਲੱਗੀਆਂ ਪਈਆਂ ਦੇਖੋ ਫੂਲ ਪਿਆ ਪਿਆ ਇਹਨਾਂ ਨੂੰ ਵੀ ਬਸ ਹੁਣੇ ਮੋਟੀ ਹੋ ਗਈਆਂ ਇਹਦੇ ਬਾਰਮਾਂ ਦਿਖਾਉਂਦੇ ਆ ਅਨਾਰ ਹੋ ਗਏ ਅਮਰੂਦ ਹੋ ਗਏ ਅਤੇ ਜਾਮਣ ਵੀ ਦਿਖਾਤੀ ਅਤੇ ਚੌਥੀ ਹੋਰ ਚੀਜ਼ ਦਿਖਾਉਂਦੇ ਸਾਨੂੰ ਇੱਕ ਚਾਰ ਚੀਜ਼ਾਂ ਲੱਗੀਆਂ ਮੋਟਰ ਪਖਾਣੇ ਵਾਲੀਆਂ ਉਹ ਹੈਗੀ ਹੈ ਬਾਈ ਆਹ ਦੇਖੋ ਅੰਬੀਆਂ ਪੰਜ ਛੇ ਛੇ ਲੱਗੇ ਹੋਏ ਪਿੱਛੇ ਕੋਈ ਦਰੱਖਤ ਨਹੀਂ ਇਹੋ ਜਿਹਾ ਛੱਡਿਆ ਪਿਆ ਬਾਈ ਹਰੇਕ ਤਰ੍ਹਾਂ ਦੀ ਆਈਟਮ ਲਾਈ ਵੀ ਹੈ ਵੀ ਗਰਮੀ 'ਚ ਬਾਹਰ ਫਰੂਟ ਲੈ ਕੇ ਆਉਣ ਦੀ ਲੋੜ ਨਾ ਪਵੇ ਜਿਹੜਾ ਬੰਦਾ ਮੋਟਰ ਪਾ ਗਿਆ ਬਾ ਰੱਜ ਕੇ ਹੀ ਜਾਵੇ ਘਰ ਨੂੰ ਅਤੇ ਬਾਈ ਆਹ ਟਾਈਮ ਸ਼ਾਮ ਜਿਹਨੂੰ ਹਵਾ ਚੱਲ ਪੈਂਦੀ ਹੈ ਅਤੇ 6:30 ਦਾ ਟਾਈਮ ਹੋ ਗਿਆ ਦੇਖ ਲਓ ਧੁੱਪ ਹਲੇ ਵੀ ਐਨ ਖੜੀ ਹੈ ਧੁੱਪ ਪੂਰੀ ਰਹਿੰਦੀ ਹੈ ਅਤੇ ਵਧੀਆ ਬਾਈ ਮੌਸਮ ਇੱਦਾਂ ਹੀ ਰਹੇ ਅਤੇ ਥੋੜ੍ਹਾ ਜਿਹਾ ਮੀਂਹ ਪੈ ਜਾਵੇ ਬਸ ਮੀਂਹ ਕਾਰਨ ਜਿਹੜਾ ਗਰਦਾ ਉੱਪਰ ਚੜਿਆ ਪਹਿਲਾਂ ਤੂੜੀ ਵਾਲੀਆਂ ਮਸ਼ੀਨਾਂ ਨੇ ਤੂੜੀ ਬਣਾਈ ਹੈ ਕੰਬਾਈਨ ਵਾਲਾ ਉਹ ਸਾਰਾ ਥੱਲੇ ਆ ਜਾਣਾ ਫਿਰ ਇੱਕ ਵਾਰ ਸਾਫ਼ ਹੋ ਜਾਣਾ ਵਾਤਾਵਰਨ ਸਾਰਾ ਹੀ ਥੋੜ੍ਹਾ ਜਿਹਾ ਪੈ ਜਾਵੇ ਨਾ ਮੀਂਹ
क्योंकि जो हम खेत भी बहुत पूरी भुब्बल उड़ती है वह भी उपर जा रही है, ये जानी नहीं चाहिए। बस हम रब न आए बेनती है भी थोड़ा जहा मीह पा दे लै भी थानू एक बार बैक कैमरे गल सारी खेतों ने व्यू दिखा दिता भी किन्ने परसेंट क्या है तो किन्ने परसेंट क्या है तो करते हम बैक कैमरा चालू। लो जी देखो फिर हम बैक कैमरे गल मोटर का व्यू आ साइड में आती अपनी मोटर एन हरियाली हरियाली देखती है तो सामने नेत्राबाई वाला मकान दे नाल बाजरा बीजा वैसे बरसीन भी खड़ा है थोड़ा जहा इधर जान माहल बाई वाला खेत भी वाया पे है सामने बछा खड़ा जी कक्ख पड़ते तो बाई के नाले अपना खेत अपने बी बाकी छड़िया पे है तो जसबीर बाई ने सुहागा मारता उपर मैं कि नहीं मरा तरह क्या खेले करना इतने पनबीर देख लो सू दिखा क्या करता इधर साढ़ा हाँ चली करू कि जाना नहीं हाँ नक्का नहीं छेड़ना है ये भाई पाइपलाइन है जी दबी भी है यह घट्टो घट भी चार डिगिया है दो गह साढ़े खेतों जो सामने देखती है एक लास्ट वाले नेत्रबाई वाले जहाँ फायदा बहुत है नहीं तो खाला पाने पैदा तो आसे पासे टुटी जाता हूँ सीधा नक्का खेत में खोली तो सीधा ही खेत में जाता है वो सामने एक ट्रैक्टर जा रहा जी आ देख लो इधर आ जा तू कि चलिया घर जाना चलीए भजया मस्ती चढ़ती खेत जाके देख लो तेरी चली घर मौसम देख लो भाई तकरीबन साढ़े छे का टाइम है पूरी धुप खड़ी है चारे पासे थोड़ा जहा गर्दा चढ़ा पर बाकी तो मौसम ठीक है जी।